ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਤੁਹਾਡਾ ਆਪਣਾ ਗੁਰਇਕਬਾਲ ਸਿੰਘ ਆ ਭਾਰਤ ਸਰਕਾਰ ਨੇ ਪਿਛਲੇ ਦਿਨੀ ਇੱਕ ਬਿੱਲ ਪੇਸ਼ ਕੀਤਾ ਲੋਕ ਸਭਾ ਦੇ ਵਿੱਚ ਕੈਬਨਾ ਦਾ ਬਿੱਲ ਹੈ ਜਿਹਦਾ ਕਿ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵਿਰੋਧ ਹੋ ਰਿਹਾ ਅਸਾਮ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਵਿਰੋਧ ਕੀਤਾ ਜਾ ਰਿਹਾ ਉਹਨਾਂ ਲੋਕਾਂ ਵੱਲੋਂ ਖਾਸ ਕਰਕੇ ਇਹ ਕਿਹਾ ਜਾ ਰਿਹਾ ਕਿ ਉੱਥੋਂ ਦੇ ਜਿਹੜੇ ਵਸਿੰਦੇ ਆ ਉੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਆ ਉਹਨਾਂ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਹ ਵਾਕਿਆ ਹੀ ਭਾਰਤ ਦੇ ਵਸਨੀਕ ਹਨ ਅੱਜ ਅਸੀਂ ਪਹੁੰਚੇ ਹੋਏ ਹਾਂ ਸ਼੍ਰੀ ਐਨ ਕੇ ਜੀਤ ਜੀ ਕੋਲ ਜਿਨ੍ਹਾਂ ਜਿਉ ਕਿ ਪਿਛਲੇ ਦਿਨੀ ਅਸਾਮ ਦੇ ਵਿੱਚ ਖੁਦ ਜਾ ਕੇ ਆਏ ਨੇ ਅਸਾਮ ਦੇ ਹਾਲਾਤਾਂ ਨੂੰ ਉਹਨਾਂ ਨੇ ਜਾਣਿਆ ਅਸਾਮ ਦੇ ਅਸਲ ਹਾਲਾਤਾਂ ਨੂੰ ਉਹਨਾਂ ਨੇ ਦੇਖਿਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕੀ ਨੇ ਉੱਥੋਂ ਦੇ ਹਾਲਾਤ ਕੀ ਇਹ ਬਿੱਲ ਹੈ ਇਹ ਬਿੱਲ ਕਿਉਂ ਹੂੰਦ ਦੇ ਵਿੱਚ ਲਿਆਂਦਾ ਗਿਆ ਇਹ ਸਾਰੀਆਂ ਜਾਣਕਾਰੀਆਂ ਉਹਨਾਂ ਤੋਂ ਲਵਾਂਗੇ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਚੈਨਲ ਦੇ ਉੱਪਰ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਮੈਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ ਹੈ哥 ਇਸ ਕਰਕੇ ਮੈਂ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਐਡਵੋਕੇਟ ਸਾਹਿਬ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਜੋ ਅਸਾਮ ਦੇ ਵਿੱਚ ਹੋ ਰਿਹਾ ਹੈ ਜਿਸ ਤਰ੍ਹਾਂ ਦੇ ਉੱਥੇ ਹਾਲਾਤ ਬਣੇ ਹੋਏ ਨੇ ਉਹ ਹਾਲਾਤ ਕੀ ਨੇ ਤੇ ਇਹ ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ ਜੀ ਦੇਖੋ ਇਸ ਤਰ੍ਹਾਂ ਹੈਗੀ ਗੱਲ ਕਿ ਅਸਾਮ ਦੇ ਵਿੱਚ ਇੱਕ ਐਜੀਟੇਸ਼ਨ ਚੱਲਿਆ ਜੀ ਜਿਹੜਾ ਲਗਭਗ ਇੱਕ ਦਹਾਕਾ ਚੱਲਦਾ ਰਿਹਾ ਜੀ ਉਸ ਦੀ ਅਗਵਾਈ ਅਸਾਮ ਆਲ ਅਸਾਮ ਸਟੂਡੈਂਟ ਯੂਨੀਅਨ ਤੇ ਅਸਾਮ ਗਣ ਪਰਿਸ਼ਦ ਨਾਂ ਦੀਆਂ ਜਥੇਬੰਦੀਆਂ ਕਰ ਰਹੀਆਂ ਸੀਗੀਆਂ ਜੀ ਉਹਨਾਂ ਦੀ ਮੁੱਖ ਮੰਗ ਇਹ ਸੀ ਕਿ ਜਿਹੜੇ ਵਿਦੇਸ਼ੀ ਲੋਕ ਅਸਾਮ ਦੇ ਵਿੱਚ ਨਜਾਇਜ਼ ਤੌਰ ਤੇ ਆ ਕੇ ਵੱਸ ਗਏ ਜੀ ਉਹਨਾਂ ਨੂੰ ਅਸਾਮ ਦੇ ਵਿੱਚੋਂ ਕੱਢਿਆ ਜਾਵੇ ਜੀ ਤਾਂ ਕਿ ਅਸਾਮ ਦੇ ਜੋ ਸਾਧਨ ਨੇ ਵਸੀਲੇ ਨੇ ਜੋ ਉੱਥੋਂ ਦੀਆਂ এমਪਲాయਮੈਂਟ ਅਪਰਚੂਨਿਟੀਆਂ ਨੇ ਜੀ ਉਹ ਉਹਨਾਂ ਕੋਲ ਨਾ ਜਾਣ ਸਗੋਂ ਜਿਹੜੇ ਅਸਾਮ ਦੇ ਲੋਕ ਨੇ ਕਬਾਈਲੀ ਲੋਕ ਨੇ ਉੱਥੋਂ ਦੇ ਵੀ ਉਹਨਾਂ ਦੇ ਕੋਲ ਆਉਣ ਜੀ ਇਸ ਕਰਕੇ ਉਹਨਾਂ ਨੇ ਐਜੀਟੇਸ਼ਨ ਲੜੀ ਐਜੀਟੇਸ਼ਨ ਲੜਨ ਤੋਂ ਬਾਅਦ 1985 ਦੇ ਵਿੱਚ ਉਦੋਂ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਦੀ ਹਾਜ਼ਰੀ ਦੇ ਵਿੱਚ ਜੀ ਅਸਾਮ ਦੀ ਸਰਕਾਰ ਨਾਲ ਉਹਨਾਂ ਦਾ ਸਮਝੌਤਾ ਹੋਇਆ ਜੀ ਉਹ ਸਮਝੌਤੇ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਜੀ ਕਿ ਜਿਹੜੇ ਬੰਗਲਾਦੇਸ਼ੀ ਲੋਕ 23 ਮਾਰਚ 1971 ਤੱਕ ਜੀ ਜਦੋਂ ਬੰਗਲਾਦੇਸ਼ ਹੋਣ ਦੇ ਵਿੱਚ ਆਇਆ ਪਾਕਿਸਤਾਨ ਤੋਂ ਅਲੱਗ ਹੋ ਕੇ ਜੀ ਜਿਹੜੇ ਉਸ ਤਰੀਕ ਤੱਕ ਭਾਰਤ ਦੇ ਵਿੱਚ ਆ ਗਏ ਜੀ ਉਹਨਾਂ ਨੂੰ ਭਾਰਤੀ ਸ਼ਹਿਰੀ ਗਿਣ ਲਿਆ ਜਾਵੇ ਜੀ ਜਿਹੜੇ ਉਸ ਤੋਂ ਬਾਅਦ ਆਏ ਨੇ ਉਹ ਸਾਰੇ ਦੇ ਸਾਰੇ ਮਤਲਬ ਵਿਦੇਸ਼ੀ ਕਹਿ ਕੇ ਉਹਨਾਂ ਨੂੰ ਆਇਡੈਂਟੀਫਾਈ ਕਰੀਏ ਤੇ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਡਿਪੋਰਟ ਕਰਕੇ ਬੰਗਲਾਦੇਸ਼ ਦੇ ਵਿੱਚ ਭੇਜ ਦਿੱਤਾ ਜਾਵੇ ਜੀ ਇਸ ਤੇ ਕਾਰਵਾਈ ਸ਼ੁਰੂ ਹੋਈ ਕਾਰਵਾਈ ਸ਼ੁਰੂ ਹੋਣ ਵੇਲੇ ਪਹਿਲਾਂ ਕੋਈ ਮਿਆਰ ਨਹੀਂ ਮਿੱਥੇ ਗਏ ਸੀ ਕੋਈ ਤਰੀਕਾ ਨਹੀਂ ਮਿੱਥਾ ਗਿਆ ਸੀਗਾ ਸਿਰਫ ਇੱਕ ਬਾੜਪੇਟਾ ਇਲਾਕਾ ਹੈਗਾ ਉਥੇ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਕਿ ਪਹਿਲਾਂ ਇੱਥੇ ਕਰ ਲਈਏ ਫਿਰ ਜਿਵੇਂ ਹੋਊਗਾ ਉਹ ਬਾਹਰਲੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਕਰ ਲਿਆ ਜਾਊਗਾ ਜੀ ਬਾੜਪੇਟਾ ਦੇ ਵਿੱਚ ਜਦੋਂ ਇਹ ਸ਼ੁਰੂ ਹੋਇਆ ਤਾਂ ਉੱਥੋਂ ਦੇ ਲੋਕਾਂ ਨੇ ਮੰਗ ਕੀਤੀ ਕਿ ਤੁਸੀਂ ਜੇ ਜੋ ਕਰਨ ਜਾ ਰਹੇ ਹੋ ਉਹਦਾ ਘਟੋ ਘਟ ਸਾਨੂੰ ਲੋਕਾਂ ਨੂੰ ਪਤਾ ਤਾਂ ਹੋਵੇ ਉਹਦੀਆਂ ਮੋਡੈਲਿਟੀਆਂ ਤੈਅ ਕਰੋ ਪਹਿਲਾਂ ਜੀ ਵੀ ਕਿਸ ਤਰ੍ਹਾਂ ਕਰਨਾ ਹੈਗਾ ਜੀ ਸਰਕਾਰ ਨੇ ਉਹਨਾਂ ਲੋਕਾਂ ਤੇ ਜ਼ਬਰ ਕੀਤਾ ਜੀ ਅੰਦਾਜ਼ ਤੋਂ ਗੋਲੀ ਚਲਾਈ ਜਿਦੇ ਵਿੱਚ ਚਾਰ ਵਿਅਕਤੀ ਮਾਰੇ ਗਏ ਜੀ ਉਨ੍ਹਾਂ ਦੇ ਮਾਰੇ ਜਾਣ ਤੋਂ ਬਾਅਦ ਫਿਰ ਸਰਕਾਰ ਨੇ ਗੱਲਬਾਤ ਕੀਤੀ ਗੱਲਬਾਤ ਕਰਕੇ ਉਹਦੀਆਂ ਮੋਡੈਲਿਟੀਆਂ ਤੈਅ ਕੀਤੀਆਂ ਇਸੇ ਦੌਰਾਨ ਇੱਕ ਵਿਅਕਤੀ ਉਹ ਅਸਾਮ ਪਬਲਿਕ ਵਰਕਸ ਨਾਂ ਦੀ ਜਥੇਬੰਦੀ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਚਲੇ ਗਏ ਸੁਪਰੀਮ ਕੋਰਟ ਨੇ ਦਖਲ ਦਿੱਤਾ ਤੇ ਕਿਹਾ ਕਿ ਅਸੀਂ ਇਹ ਜਿਹੜਾ ਐਨ ਆਰ ਸੀ ਦਾ ਰਜਿਸਟਰ ਤਿਆਰ ਕਰਨਾ ਹੈਗਾ ਇਹ ਅਸੀਂ ਆਪਣੀ ਨਿਗਰਾਨੀ ਦੇ ਵਿੱਚ ਕਰਾਵਾਂਗੇ ਜੀ ਉਹ ਰਜਿਸਟਰ ਤਿਆਰ ਹੋਣਾ ਸ਼ੁਰੂ ਹੋ ਗਿਆ ਇਦੇ ਵਾਸਤੇ ਇੱਕ ਸੌਫਟਵੇਅਰ ਡਵੈਲਪ ਕੀਤਾ ਗਿਆ ਜਿਹਦੇ ਚ ਸਾਰੇ ਡਾਕੂਮੈਂਟ ਜਿਹੜੇ ਲੋਕਾਂ ਨੇ ਦੇਣੇ ਸੀਗੇ ਉਹਦੇ ਚ ਪਾਏ ਜਾਣੇ ਸੀਗੇ ਜੀ ਅਸਾਮ ਅਨਪੜਤਾ ਪੱਖੋਂ ਬਹੁਤ ਪਿੱਛੇ ਐ ਗਰੀਬੀ ਬਹੁਤ ਐ ਆਬਾਦੀ ਐ ਜਿਹੜੀ ਉਹ ਸ਼ਿਫਟਿੰਗ ਐ ਇੱਕ ਤਰ੍ਹਾਂ ਦੀ ਜੀ ਕਿਉਂਕਿ ਬਾਹਰਲੇ ਲੋਕ ਜ਼ਿਆਦਾਤਰ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਜੀ ਉਹੋ ਨਦੀਆਂ ਦੇ ਕਿਨਾਰੇ ਜਿਹੜੀਆਂ ਦਲਦਲ ਵਾਲੀਆਂ ਥਾਵਾਂ ਨੇ ਉੱਥੇ ਆ ਕੇ बसे ਨੇ ਜੀ ਉਹ ਅੱਜ ਇੱਕ ਜਗ੍ਹਾ ਬਸੇ ਨੇ ਕੱਲ ਨੂੰ ਉੱਥੇ ਪਾਣੀ ਆ ਜਾਂਦਾ ਹੈਗਾ ਉਹਨਾਂ ਦੇ ਘਰ ਕੋਲ ਜੇ ਟਹਿ ਜਾਂਦੇ ਨੇ ਫਿਰ ਉਹ ਕਿਤੇ ਹੋਰ ਜਾ ਕੇ ਸ਼ਿਫਟ ਕਰਦੇ ਨੇ ਉੱਥੇ ਫਿਰ ਪਾਣੀ ਆ ਜਾਂਦਾ ਫਿਰ ਹੋਰ ਕਿਤੇ ਸ਼ਿਫਟ ਕਰਦੇ ਨੇ ਸੰਘਰਸ਼ਮਈ ਜੀਵਨ ਯਾਨੀ ਸੰਘਰਸ਼ਮਈ ਜੀਵਨ ਵੀ ਤੇ ਸ਼ਿਫਟਿੰਗ ਹੈ ਉਹਨਾਂ ਦੀ ਇੱਕ ਜਗ੍ਹਾ ਟਿਕ ਕੇ ਨਹੀਂ ਰਹਿੰਦੇ ਉਹ ਜੀ ਹਰ ਸਾਲ ਯਾਨੀ ਉਹਨਾਂ ਦੀ ਮੀਂਹ ਪੈਣ ਤੋਂ ਬਾਅਦ ਉਹਨਾਂ ਦੀ ਜਗ੍ਹਾ ਬਦਲ ਕੇ ਕਿਤੇ ਹੋਰ ਜਾਂਦੇ ਕਿਉਂਕਿ ਘਰ ਹੀ ਗਾਇਬ ਹੋ ਜਾਂਦੇ ਨੇ ਜੀ ਇਸ ਕਰਕੇ ਉਹਨਾਂ ਦਾ ਕੋਈ ਪੱਕਾ ਟਿਕਾਣਾ ਜਨੇ ਪੱਕਾ ਐਡਰੈਸ ਉਹਨਾਂ ਕੋਲ ਕੋਈ ਨਹੀਂ ਹੈ ਮਤਲਬ ਉਹ ਇਹ ਸਾਬਤ ਨਹੀਂ ਕਰ ਸਕਦੇ ਵੀ ਅਸੀਂ ਇਸ ਜਗ੍ਹਾ ਦੇ ਵਸਨੀਕ ਹਾਂ ਹਾਂ ਮਤਲਬ ਇਹ ਸਮੱਸਿਆ ਬਹੁਤ ਗੰਭੀਰ ਹੈ ਬਿਲਕੁਲ ਬਿਲਕੁਲ ਤਾਂ ਉਹਨਾਂ ਨੇ ਜਿਹੜੇ ਡਾਕੂਮੈਂਟ ਦਿੱਤੇ ਲਗਭਗ 54 ਡਾਕੂਮੈਂਟ ਸੀ ਜਿਹੜੇ ਤੈਅ ਕੀਤੇ ਵੀ ਇਹ ਤੁਸੀਂ ਦਿਓ ਜੀ ਤੇ ਸਾਰੇ ਲੋਕਾਂ ਨੂੰ ਮਤਲਬ ਅਸਾਮ ਦੇ 3 ਕਰੋੜ ਤੋਂ ਵੱਧ ਆਬਾਦੀ ਹੈਗੀ ਆ ਹਰ ਇੱਕ ਨੂੰ ਇਹ ਕਿਹਾ ਗਿਆ ਵੀ ਤੁਸੀਂ ਇਹ ਗੱਲ ਸਿੱਧ ਕਰੋ ਕਿ ਤੁਸੀਂ ਭਾਰਤ ਦੇ ਰਹਿਣ ਵਾਲੇ ਹੋ ਜੀ ਠੀਕ ਹੈ ਜਦੋਂ ਕਿ ਆਮ ਕਾਨੂੰਨ ਇਹ ਹੈਗਾ ਕਿ ਜਿਹੜਾ ਕੋਈ ਕਿਸੇ ਤੇ ਦੋਸ਼ ਲਾਉਂਦਾ ਮੰਨ ਲਓ ਕੋਈ ਕਹਿੰਦਾ ਕਿ ਮੈਂ ਭਾਰਤੀ ਆ ਮੈਨੂੰ ਇਹ ਕਹਿੰਦਾ ਹੈ ਕਿ ਤੂੰ ਭਾਰਤੀ ਆ ਤਾਂ ਯਾਨੀ ਇਹ ਗੱਲ ਉਹਨੂੰ ਸਿੱਧ ਕਰਨੀ ਪਊਗੀ ਜੀਨੇ ਮੇਰੇ ਤੇ ਦੋਸ਼ ਲਾਇਆ ਜੇ ਸਰਕਾਰ ਦੋਸ਼ ਲਾਉਂਦੀ ਹੈ ਤਾਂ ਸਰਕਾਰ ਸਿੱਧ ਕਰੂਗੀ ਕਿ ਮੈਂ ਭਾਰਤੀ ਨਹੀਂ ਆ ਇਹ ਉਹਨੇ ਸਿੱਧ ਕਰਨਾ ਹਾਂ ਪਰ ਉੱਥੇ ਉਲਟ ਹੋਇਆ ਉਥੇ ਇਹ ਹੈ ਵੀ ਜਿਹੜੇ ਬੰਦਿਆਂ ਤੇ ਦੋਸ਼ ਲਾਇਆ ਜਾ ਰਿਹਾ ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਸਿੱਧ ਕਰੋ ਵੀ ਤੁਸੀਂ ਇੱਥੋਂ ਦੇ ਵਸਨੀਕ ਹੋ ਹਾਂ ਇੱਥੋਂ ਦੇ ਵਸਨੀਕ ਇੱਥੋਂ ਦੇ ਨਾਗਰਿਕ ਹੋ ਹਾਂਜੀ ਉਹਦੇ ਲਈ ਉਹ ਡਾਕੂਮੈਂਟ ਆਏ ਹੁਣ ਪਿੰਡੂ ਲੋਕ ਨੇ ਉਹਨਾਂ ਨੂੰ ਕੁਝ ਪਤਾ ਨਹੀਂ ਵਿਚਾਰਿਆਂ ਨੂੰ ਕੋਈ ਉਹਨਾਂ ਦੀ ਮਦਦ ਕਰਨ ਵਾਲਾ ਹੈ ਨਹੀਂਗਾ ਉਹਨਾਂ ਨੇ ਡਾਕੂਮੈਂਟ ਜਿੱਥੋਂ ਕਿੱਥੋਂ ਵਿਚਾਰਿਆਂ ਨੇ ਇਕੱਠੇ ਕੀਤੇ ਉਹ ਭੇਜੇ ਗਾਹ ਫਿਰ ਉਹ ਕਹਿੰਦੇ ਸੀ ਵੀ ਇਹ ਡਾਕੂਮੈਂਟ ਇੱਕ ਪ੍ਰੋਪਰ ਆਰਡਰ ਦੇ ਵਿੱਚ ਲਾ ਕੇ ਸਾਡੇ ਕੋਲੇ ਆਉਣੇ ਚਾਹੀਦੇ ਜੀ ਹੁਣ ਕਿਸੇ ਨੇ ਕੋਈ ਅੱਗੇ ਲਾਤਾ ਮੂਹਰੇ ਪਿੱਛੇ ਲਾਤਾ ਇਸ ਤਰ੍ਹਾਂ ਜਾਨੀ ਉਹ ਡਾਕੂਮੈਂਟ ਗਏ ਉਦੇ ਆਧਾਰ ਤੇ ਬਹੁਤ ਸਾਰੇ ਦੁਖਾਂਤ ਵਾਪਰੇ ਉੱਥੇ ਜੀ ਦੁਖਾਂਤ ਇਸ ਤਰ੍ਹਾਂ ਵਾਪਰੇ ਕਿ ਘਰ ਦਾ ਜਿਹੜਾ ਮੁਖੀ ਹੈ ਉਹ ਐਨ ਆਰ ਸੀ ਲਿਸਟ ਦੇ ਵਿੱਚ ਆ ਗਿਆ ਬੱਚੇ ਆ ਜਿਹੜੇ ਉਹ ਐਨ ਆਰ ਸੀ ਲਿਸਟ ਦੇ ਵਿੱਚ ਨਹੀਂ ਆਏ ਠੀਕ ਹੈ ਜੀ ਇਸੇ ਤਰ੍ਹਾਂ ਉਹਨਾਂ ਨੇ ਇਹ ਕਈ ਬਹੁਤੇ ਕੇਸ ਇਹ ਹੋ ਗਏ ਕਿ ਬੱਚੇ ਆ ਗਏ ਪਰ ਘਰ ਦਾ ਮੁਖੀ ਨਹੀਂ ਆਇਆ ਮਤਲਬ ਇੱਕ ਬੜੀ ਅਨ ਹੋਣੀ ਆਪਾ ਜਿਹਨੂੰ ਕਹਿੰਦੇ ਅਨ ਹੋਣੀ ਵਾਪਰੀ ਹੈ ਤੇ ਜਿਹਨੇ ਇੱਕ ਅਮਰਤਦਾਸ ਨਾਮ ਦਾ ਵਿਅਕਤੀ ਉਹਦੇ ਪਰਿਵਾਰ ਨੂੰ ਅਸੀਂ ਮਿਲੇ ਉਹ ਜਿਹਨੇ ਐਨ ਆਰ ਸੀ 'ਚ ਨਹੀਂ ਆਇਆ ਜੀ ਉਹਦੇ ਬੱਚੇ ਐਨ ਆਰ ਸੀ 'ਚ ਆ ਗਏ ਜੀ ਉਹਨੂੰ ਫੋਰਨਰ ਡਿਕਲੇਅਰ ਕਰਕੇ ਡਿਟੈਂਸ਼ਨ ਕੈਂਪ ਜਾਨੀ ਜਿਹੜਾ ਫੋਰਨਰ ਡਿਕਲੇਅਰ ਹੋ ਜਾਂਦਾ ਉਹਨੂੰ ਡਿਟੈਂਸ਼ਨ ਕੈਂਪ ਦੇ ਵਿੱਚ ਜੀ ਦਿੱਤਾ ਜੀ ਭੇਜ ਦਿੱਤਾ ਜਾਂਦਾ ਜੀ ਕੈਦ ਕਰ ਦਿੱਤਾ ਜਾਂਦਾ ਜੀ ਜੀ ਠੀਕ ਹੈ ਉਹਨੂੰ ਵਿਚਾਰੇ ਨੂੰ ਉੱਥੇ ਕੈਦ ਕਰ ਦਿੱਤਾ ਗਿਆ। ਸਾਲ ਸਵਾ ਸਾਲ ਰਹਿਣ ਤੋਂ ਬਾਅਦ ਉੱਥੇ ਕਿਉਂਕਿ ਹਾਲਤਾਂ ਬਹੁਤ ਮਾੜੀਆਂ ਨੇ ਡਿਟੈਂਸ਼ਨ ਕੈਂਪ ਦੇ ਵਿੱਚ। ਬਿਲਕੁਲ ਬਿਲਕੁਲ। ਭੁੰਜੇ ਸੌਣਾ ਪੈਂਦਾ ਹੈ। ਨਾ ਚੱਜ ਦੀ ਰੋਟੀ ਮਿਲਦੀ ਹੈ। ਜਿਹੜਾ ਕੋਈ ਚੱਜ ਦੀ ਰੋਟੀ ਮੰਗ ਲੈਂਦਾ ਹੈਗਾ ਉਹਨੂੰ ਕਹਿੰਦੇ ਪਾਗਲ ਹੈ। ਜੀ। ਉਹਦੀ ਕੁੱਟਮਾਰ ਹੁੰਦੀ ਹੈ। ਜੀ। ਤਾਂ ਯਾਨੀ ਉਹ ਬੰਦੇ ਦੀ ਮੌਤ ਹੋ ਗਈ। ਜੀ। ਮੌਤ ਹੋਣ ਤੋਂ ਬਾਅਦ ਉਹਦੀ ਜਿਹੜੀ লাশ ਸੀਗੀ ਉਹ ਉਹਦੇ ਲੜਕਿਆਂ ਨੂੰ ਦਿੱਤੀ ਗਈ। ਉਹ ਆਪ ਵੀ ਚਾਹਦੀ ਦੁਕਾਨ ਕਰਦਾ ਹੁੰਦਾ ਸੀਗਾ ਉਹਦੇ ਬੱਚੇ ਆ ਜਿਹੜੇ ਉਹ ਵੀ ਚਾਹਦੀਆਂ ਰੇੜੀਆਂ ਲਾਉਂਦੇ ਨੇ ਜੀ ਜਾਨੀ ਉਹ ਉਹਨਾਂ ਨੂੰ ਦੇ ਦਿੱਤੇ ਗਏ ਜੀ ਠੀਕ ਹੈ ਅ ਦੁਕਾਨ ਤੇ ਆ ਵੀ ਜਿਉਂਦੇ ਜੀ ਉਹ ਬੰਗਲਾਦੇਸ਼ੀ ਰਹਿਆ ਮਰ ਕੇ ਉਹ ਭਰਤੇ ਕਿਉਂ ਦਾ ਸੰਸਕਾਰ ਭਾਰਤ ਦੀ ਧਰਤੀ ਤੇ ਹੋਇਆ ਮਤਲਬ ਇਹ ਕਾਨੂੰਨ ਦੀ ਵਿਡੰਬਣਾ ਆਪਾਂ ਕਹਿੰਦੇ ਇਸ ਕਾਨੂੰਨ ਦੀ ਵਿਡੰਬਣਾ ਹੈ ਇਹ ਵੀ ਕਹਿ ਸਕਦੇ ਹੋਰ ਬਹੁਤ ਸਾਰੇ ਜਿਹੜੇ ਇਹੋ ਜਿਹੇ ਮਾਮਲੇ ਨੇ ਮਤਲਬ ਅਸਲ ਗੱਲ ਇਹ ਉੱਠਦੀ ਹੈ ਇੱਥੇ ਕਿ ਐਨ ਆਰ ਸੀ ਜਿਹੜਾ ਉਹਨਾਂ ਨੂੰ ਅਸਾਮ ਦੇ ਲੋਕਾਂ ਨੂੰ ਇਹ ਸਾਬਤ ਕਰਨਾ ਪੈ ਰਿਹਾ ਸੀ ਕਿ ਉਹ ਵਾਕਿਆ ਹੀ ਭਾਰਤ ਦੇ ਵਸਨੀਕ ਹੈ ਭਾਰਤ ਦੇ ਵਸਨੀਕ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਆਉਂਦੀ ਹੈ ਕਿ ਉੱਥੇ ਹਿੰਸਾ ਹੁੰਦੀ ਹੈ ਇਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਉੱਥੋਂ ਦੇ ਜਿਹੜੇ ਲੋਕ ਨੇ ਉੱਥੋਂ ਦੀ ਜਿਹੜੇ ਜਮਹੂਰੀ ਪਸੰਦ ਜਥੇਬੰਦੀਆਂ ਨਹੀਂ ਉਹਨਾਂ ਦੀ ਗਵਾਹੀ ਦੇ ਵਿੱਚ ਉੱਥੋਂ ਦੇ ਲੋਕਾਂ ਵੱਲੋਂ ਇਸ ਚੀਜ਼ ਦੇ ਖਿਲਾਫ ਜਿਹੜਾ ਆਵਾਜ਼ ਉਠਾਈ ਜਾਂਦੀ ਹੈ ਉੱਥੇ ਬਹੁਤ ਹਿੰਸਾ ਵੀ ਹੁੰਦੀ ਹੈ ਇਸ ਬੰਦੇ ਅਸੀਂ ਉੱਥੇ ਬਹੁਤ ਸਾਰੀਆਂ ਮੁਸਲਮਾਨਾਂ ਦੀਆਂ ਜਥੇਬੰਦੀਆਂ ਨੂੰ ਮਿਲੇ ਜੀ ਉਹਨਾਂ ਨੂੰ ਅਸੀਂ ਪੁੱਛਿਆ ਕਿ ਐਨ ਆਰ ਸੀ ਬਾਰੇ ਤੁਹਾਡੀ ਕੀ ਰਾਏ ਹੈ ਜੀ ਉਹਨਾਂ ਨੇ ਕਿਹਾ ਜੀ ਅਸੀਂ ਐਨ ਆਰ ਸੀ ਦੇ ਪੱਖ 'ਚ ਹਾਂ ਜੀ ਪੱਖ 'ਚ ਅਸੀਂ ਇਸ ਕਰਕੇ ਹਾਂ ਕਿ ਜਿਹੜਾ ਵਾਰੀ-ਵਾਰੀ ਸਾਡੇ ਤੇ ਬੰਗਲਾਦੇਸ਼ੀ ਹੋਣ ਦਾ ਦਾਗ ਲੱਗਦਾ ਹੈਗਾ ਉਹ ਤੋਤਾ ਜਾਵੇ ਉਹ ਤੋਤਾ ਜਾਵੇ ਇੱਕੇ ਵਾਰੀ ਚ ਇੱਕ ਵਾਰੀ ਹੋ ਜੇ ਜਿਹੜਾ ਕੋ ਛੋਣਾ ਹੈਗਾ ਜਿਹੜੇ ਸਾਡੇ ਚ ਮੁਸਲਮਾਨ ਆਪਣੇ ਬੰਗਲਾਦੇਸ਼ੀ ਹੋਣਗੇ ਉਹ ਨਿਕਲ ਜਾਣਗੇ ਜੀ ਬਾਕੀ ਦੇ ਤਾਂ ਅਸੀਂ ਆਰਾਮ ਨਾਲ ਰਹਾਂਗੇ ਨਾ ਮਤਲਬ ਅਚੈਨ ਦੀ ਜ਼ਿੰਦਗੀ ਜਿਹੜੀ ਹੈ ਹਾਂ ਅਚੈਨ ਦੀ ਜ਼ਿੰਦਗੀ ਰਹਿ ਸਕਦਾ ਇਹ ਤੋਂ ਇਲਾਵਾ ਉੱਥੇ ਇੱਕ ਬੜਾ ਬਰਾਕ ਘਾਟੀ ਹੈ ਜੀ ਬਰਾਕ ਘਾਟੀ ਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਕਾਫੀ ਹੈ ਜੀ ਅਸੀਂ ਉਹਨਾਂ ਨੂੰ ਮਿਲੇ ਜੀ ਉਹਨਾਂ ਨੇ ਸਾਨੂੰ ਕਿਹਾ ਕਿ ਜਦੋਂ ਪਾਕਿਸਤਾਨ ਬਣਿਆ ਅਸੀਂ ਮੁਸਲਮ ਲੀਗ ਦੀ ਉਲੰਘਣਾ ਕਰਕੇ ਮੁਸਲਮ ਲੀਗ ਦਾ ਵਿਰੋਧ ਕਰਕੇ ਅਸੀਂ ਕਿਹਾ ਵੀ ਅਸੀਂ ਭਾਰਤ ਦੇ ਵਿੱਚ ਰਹਿਣਾ ਸਮੂਹਕ ਫੈਸਲਾ ਸੀ ਕੀਤਾ ਵੀ ਅਸੀਂ ਭਾਰਤ ਦੇ ਵਿੱਚ ਰਹਿਣਾ ਤੇ ਹੁਣ ਸਾਨੂੰ ਇਹ ਭਾਰਤ ਚੋਂ ਕੱਢ ਰਹੇ ਨੇ ਬਿਲਕੁਲ ਬਿਲਕੁਲ ਬਹੁਤ ਗੱਡੀਗਾ ਵੀ ਉਦੋਂ ਸਾਡੇ ਕੋਲੇ ਮਹਾਤਮਾ ਗਾਂਧੀ ਜੀ ਵੀ ਆਏ ਜਵਾਹਰ ਲਾਲ ਨਹਿਰੂ ਜੀ ਵੀ ਆਏ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਪਰ ਹੁਣ ਸਾਨੂੰ ਉਥੋਂ ਕੱਢ ਰਹੇ ਨੇ ਠੀਕ ਹੈ ਮਤਲਬ ਇਸ ਤਰ੍ਹਾਂ ਦੇ ਵੀ ਦੁਖਾਂਤ ਵਾਪਰੇ ਨੇ ਤੇ ਇਸ ਤੋਂ ਅੱਗੇ ਜਿਹੜੀ ਸਭ ਤੋਂ ਵੱਡੀ ਗੱਲ ਹੋਣ ਜਾ ਰਹੀ ਹੈ ਤੇ ਜਿਹੜੀ ਅਸੀਂ ਸਮਝਦੇ ਹਾਂ ਵੀ ਜਮਹੂਰੀ ਹੱਕਾਂ ਦਾ ਬਿਲਕੁਲ ਘਾਣ ਹੈ ਉਹ ਇਹ ਹੈ ਕਿ ਹੁਣ ਜਿਹੜੀ ਉਹਦੀ ਐਨ ਆਰ ਸੀ ਦੀ ਆਖਰੀ ਰਿਪੋਰਟ ਆਈ ਉਹਦੇ ਵਿੱਚ 19 ਲੱਖ ਬੰਦੇ ਉਹ ਆ ਗਏ ਜਿਹੜੇ ਐਨ ਆਰ ਸੀ ਚ ਸ਼ਾਮਲ ਨਹੀਂ ਹੈ ਜੀ ਉਹਨਾਂ ਬਾਰੇ ਕਾਨੂੰਨ ਦੇ ਤਹਿਤ ਇਹ ਪ੍ਰਾਵਧਾਨ ਕੀਤਾ ਗਿਆ ਹੈ ਕਿ ਉਹ ਸਾਰੇ ਦੇ ਸਾਰੇ ਬੰਦਿਆਂ ਨੂੰ ਬੰਗਲਾਦੇਸ਼ ਦੇ ਵਿੱਚ ਰਿਪੋਰਟ ਕੀਤਾ ਜਾ ਰਿਹਾ ਕੀਤਾ ਜਾਵੇਗਾ ਰਿਪੋਰਟ ਕਰਨ ਦੀ ਪ੍ਰਕਿਰਿਆ ਜਦੋਂ ਤੱਕ ਪੂਰੀ ਨਹੀਂ ਹੁੰਦੀ ਉਦੋਂ ਤੱਕ ਉਹਨਾਂ ਨੂੰ ਡਿਟੈਂਸ਼ਨ ਕੈਂਪਾਂ ਦੇ ਵਿੱਚ ਰੱਖਿਆ ਜਾਵੇ ਜੀ ਠੀਕ ਹੈ ਜੀ 19 ਲੱਖ ਬੰਦੇ ਜੇਲ੍ਹ ਜਾਣ ਦੀ ਤਿਆਰੀ ਦੇ ਵਿੱਚ ਬੈਠੇ ਨੇ ਉਹ ਕਿਸੇ ਵੇਲੇ ਵੀ ਉਹਨਾਂ ਦੇ ਸਿਰ ਤੇ ਤਲਵਾਰ ਲਟਕ ਰਹੀ ਹੈ ਕਿਸੇ ਵੇਲੇ ਵੀ ਉਹਨਾਂ ਨੂੰ ਜੇਲ੍ਹਾਂਾਂ ਦੇ ਵਿੱਚ ਭੇਜਿਆ ਜਾ ਸਕਦਾ ਹੈਗਾ ਅੱਛਾ ਉਹਨਾਂ ਚੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਬਹੁਤੇ ਪਰਿਵਾਰ ਅਡਡ ਹੋ ਗਏ ਬਿਲਕੁਲ ਬਿਲਕੁਲ ਅੰਤਾ ਪਰਿਵਾਰ ਜੇਲ੍ਹ ਜਾ ਰਿਹਾ ਅਡਡ ਪਰਿਵਾਰ ਜੇਲ੍ਹ ਤੋਂ ਬਾਹਰ ਹੈ ਬਾਹਰ ਤਾਂ ਯਾਨੀ ਉਹਨਾਂ ਦਾ ਗੁਜ਼ਾਰਾ ਕਿਵੇਂ ਹੋਊਗਾ ਜਿਹੜਾ ਪਰਿਵਾਰ ਰਹਿ ਗਿਆ ਇੱਕ ਕੀ ਕੁਝ ਵੀ ਨਹੀਂ ਰਿਹਾ ਵਿਚਾਰਾਂ ਕੋਲੇ ਲੱਖਾਂ ਰੁਪਏ ਉਹਨਾਂ ਦਾ ਯਾਨੀ ਤਲ ਜਾ ਚੁੱਕੇ ਆ ਕੇਸਾਂ ਦੇ ਉੱਤੇ ਲਾ ਚੁੱਕਿਆ ਉਹ ਜੀ ਠੀਕ ਹੈ ਉਹਨਾਂ ਕੋਲੇ ਹੁਣ ਹੈ ਹੀ ਕੁਝ ਨਹੀਂ ਯਾਨੀ ਕਰਨਗੇ ਕੀ ਉਹ ਤਾਂ ਇੱਕ ਤਰ੍ਹਾਂ ਨਾਲ ਅਸੀਂ ਜਿਹੜੇ ਡੈਮੋਕ੍ਰੈਟਿਕ ਰਾਈਟਸ ਦੇ ਪ੍ਰਤੀਨਿਧਾਂ ਸੀ ਉਹਨਾਂ ਨਾਲ ਹਰ ਇੱਕ ਨਾਲ ਸਵਾਲ ਕੀਤਾ ਉਹਨਾਂ ਸੇ ਵੀ ਇਹ 16 19 ਲੱਖ ਬੰਦੇ ਕਿਵੇਂ ਤੁਸੀਂ ਜ਼ਿਲ੍ਹਾਂ ਚ ਅਡਜਸਟ ਕਰੋਗੇ ਜਦੋਂ ਕਿ ਪਹਿਲਾਂ ਹੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਭਾਰਤ ਦੀਆਂ ਜ਼ਿਲ੍ਹਾਂ ਉਹ ਪੂਰੀ ਤਰ੍ਹਾਂ ਬਰਡਨ ਹੈ ਹਾਂ ਹਾਂ ਉਹ ਕਪੈਸਿਟੀ ਉਹਨਾਂ ਦੀ ਜਿੰਨੀ ਹੈਗੀ ਉਹ ਤੋਂ ਕਈ ਗੁਣਾ ਤੇ ਉਥੋਂ ਦੇ ਆਈਜੀ ਪ੍ਰिजन ਨੇ ਸਾਨੂੰ ਦੱਸਿਆ ਕਿ ਸਾਡੇ ਕੋਲੇ ਡਿਟੈਂਸ਼ਨ ਸੈਂਟਰ ਦੇ ਵਿੱਚ ਸਿਰਫ ਜਿਹੜੇ ਬਣੇ ਨੇ ਉਹਨਾਂ ਚ 1500 ਦੀ ਕਪੈਸਿਟੀ ਹੈ ਜੀ ਇੱਕ ਅਸੀਂ ਹੋਰ ਬਣਾ ਰਹੇ ਹਾਂ ਉਹਦੀ 3000 ਦੀ ਕਪੈਸਿਟੀ ਹੈ 4500 ਬੰਦੇ ਰੱਖਣ ਦੀ ਸਿਰਫ ਸਾਡੇ ਕੋਲ ਥਾਂ ਸੀ ਜਦੋਂ ਕਿ ਇੰਨੀ ਸੰਖਿਆ ਦੇ ਵਿੱਚ ਲੋਕ ਆ ਜਿਹੜੇ ਵੇਟ ਕਰ ਰਹੇ ਨੇ ਵਾਲੀ ਥਾਂ 'ਚ 19 ਲੱਖ ਨੂੰ ਵਾੜਨਾ ਇਹ ਤੁਸੀਂ ਖੁਦ ਹੀ ਅਸੈਸ ਕਰ ਸਕਦੇ ਹੋ ਵੀ ਕਿੰਨਾ ਇੱਥੇ ਅਗਲਾ ਸਵਾਲ ਜੀ ਸਾਹਿਬ ਇਹ ਖੜਾ ਹੁੰਦਾ ਹੈ ਕਿ ਐਨ ਆਰ ਸੀ ਹੋ ਰਹੀ ਹੈ ਐਨ ਆਰ ਸੀ ਦੇ ਰਾਹੀ ਲੋਕਾਂ ਨੂੰ ਸਾਬਤ ਕਰਨਾ ਪੈ ਰਿਹਾ ਹੈ ਕਿ ਅਸੀਂ ਭਾਰਤ ਦੇ ਨਾਗਰਿਕ ਹਾਂ ਹਾਂਜੀ ਉਸ ਤੋਂ ਬਾਅਦ ਜਿਹੜਾ ਅਗਲਾ ਬਿੱਲ ਆ ਜਿਹੜਾ ਸਰਕਾਰ ਵੱਲੋਂ ਜਿਹੜਾ ਪੇਸ਼ ਕੀਤਾ ਜਾਂਦਾ ਪਿਛਲੇ ਦਿਨੀ ਜਿਹੜਾ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਹਾਂਜੀ ਇਹ ਬਿੱਲ ਲਿਆਉਣ ਦੀ ਲੋੜ ਕਿਉਂ ਕੋ ਮਤਲਬ ਐਨ ਆਰ ਸੀ ਡਾਟੇ ਦਾ ਇੱਕ ਜਿਹੜਾ ਤਜਰਬਾ ਉੱਥੇ ਮੈਂ ਦੇਖਿਆ ਜੀ ਉਹ ਹੈ ਕਿ ਤੁਹਾਡੇ ਕੁਲ ਦੇ ਸਾਰੇ ਲੋਕਾਂ ਦਾ ਨਾਂ ਮਿਲਣਾ ਚਾਹੀਦਾ ਜੀ ਮਿਲਣਾ ਜਿਵੇਂ ਮੇਰੇ ਫਾਦਰ ਸਾਹਿਬ ਦਾ ਨਾਂ ਸੋਮਨਾਥ ਵਰਤਸੀ ਜੀ ਮੇਰਾ ਨਾਂ ਐਨ ਕੇ ਜੀ ਤਾ ਜੀ ਮੇਰੇ ਲੜਕੇ ਦਾ ਨਾਮ ਰਜਨੀਸ਼ ਕੁਮਾਰ ਰਾਣਾ ਹੈ ਜੀ ਮੇਰੇ ਪੋਤਰੇ ਦਾ ਨਾਮ ਅਰਸ਼ਦੀਪ ਸਿੰਘ ਹੈ ਜੀ ਸਾਡੇ ਪਰਿਵਾਰ ਚ ਕਿਸੇ ਦਾ ਨਾਮ ਨਹੀਂ ਮਿਲਦਾ ਜੀ ਇਹ ਗੱਲ ਸਫੀਸ਼ੀਐਂਟ ਹੈ ਇਸ ਗੱਲ ਵਾਸਤੇ ਕਿ ਮੈਨੂੰ ਇਹ ਕਹਿ ਦਿੱਤਾ ਜਾਵੇ ਕਿ ਤੂੰ ਤਾਂ ਵਿਦੇਸ਼ੀ ਆ ਕੋਈ ਜੇ ਦੇਸੀ ਹੁੰਦੇ ਤਾਂ ਫਿਰ ਤੁਹਾਡੀ ਸਾਰੀ ਕੋਲ ਇੱਕੋ ਹੁੰਦੀ ਨਾ ਨਾਮ ਮੈਚ ਹੋਣਾ ਚਾਹੀਦਾ ਜੇ ਕੋਈ ਬਰਾੜ ਹੈ ਤਾਂ ਉਹਦਾ ਪਿਓ ਵੀ ਬਰਾੜ ਹੋਵੇ ਉਹਦਾ ਲੜਕਾ ਵੀ ਬਰਾੜ ਹੋਵੇ ਦਾਦਾ ਵੀ ਬਰਾੜ ਹੋਵੇ ਜੇ ਕਿਸੇ ਨੇ ਵਿੱਚ ਨਾ ਕੋਈ ਹੋਰ ਰੱਖ ਲਿਆ ਕਿਸੇ ਨੇ ਆਪ ਦਾ ਕੋਈ ਤਖੱਲਸ ਰੱਖ ਲਿਆ ਕੋਈ ਜਿਵੇਂ ਆਪਣੇ ਪਿੰਡਾਂ ਚਾ ਕਿਸੇ ਨੂੰ ਗਿਆਨੀ ਕਹਤਾ ਕਿਸੇ ਨੂੰ ਪੰਛੀ ਕਹਤਾ ਇਸ ਤਰ੍ਹਾਂ ਤਖੱਲਸ ਰੱਖੇ ਬਿਲਕੁਲ ਜੀ ਬਿਲਕੁਲ ਜਿੱਥੇ ਟੁੱਟ ਗਈ ਉੱਥੇ ਵੀ ਇਹ ਤਾਂ ਤੂੰ ਤਾਂ ਹੈ ਨਹੀਂਗਾ ਤੂੰ ਤਾਂ ਵਿਦੇਸ਼ੀ ਆ ਜਾਨੀ ਇਹ ਜਿਹੜੇ ਇੱਥੋਂ ਦੇ ਸੱਭਿਆਚਾਰ ਨੂੰ ਨਹੀਂ ਸਮਝਦੇ ਇਹ ਸਿਰਫ ਉਹ ਲੋਕ ਹੀ ਕਹਿ ਸਕਦੇ ਨੇ ਬਿਲਕੁਲ ਬਿਲਕੁਲ ਠੀਕ ਹੈ ਨਾ ਅੱਛਾ ਜਿੱਥੋਂ ਤੱਕ ਇਹ ਸਿਟੀਜ਼ਨ ਅਮੈਂਡਮੈਂਟ ਬਿੱਲ ਲੈ ਕੇ ਆਏ ਜਿਹੜਾ ਕਿ ਹੁਣ ਕਾਨੂੰਨ ਬਣ ਚੁੱਕਿਆ ਹੈਗਾ ਬਿਲਕੁਲ ਜੀ ਇਹਦੀ ਖਾਸੀਅਤ ਇਹ ਹੈ ਕਿ ਇਹ ਨਾਗਰਿਕਤਾ ਦਾ ਆਧਾਰ ਧਰਮ ਨੂੰ ਬਣਾਉਂਦਾ ਹੈ ਜੀ ਜਦੋਂ ਕਿ ਮੂਲ ਕਾਨੂੰਨ ਦੇ ਵਿੱਚ ਨਾਗਰਿਕਤਾ ਦਾ ਅਧਿਕਾਰ ਜਨਮ ਸੀਗਾ ਬਿਲਕੁਲ ਬਿਲਕੁਲ ਠੀਕ ਹੈ ਬਰਥ ਰਾਹੀਂ ਨਾਗਰਿਕ ਬਣ ਸਕਦਾ ਹੈ ਨੇਚਰਲਾਈਜੇਸ਼ਨ ਰਾਹੀਂ ਰਹਿ ਸਕਦਾ ਬਣ ਸਕਦਾ ਲੰਬੇ ਸਮੇਂ ਤੋਂ ਇੱਥੇ ਰਹਿੰਦਾ ਆ ਰਿਹਾ ਹੈਗਾ ਉਹ ਬਣ ਸਕਦਾ ਹੈਗਾ ਕੋਈ ਅਪਲਾਈ ਕਰਕੇ ਇੱਥੇ ਬਣ ਸਕਦਾ ਹੈ ਕੋਈ ਸ਼ਰਨ ਲੈ ਕੇ ਬਣ ਸਕਦਾ ਹੈ ਇਸ ਵਕ ਵਕ ਜਿਹੜੇ ਨਾਗਰਿਕਤਾ ਲੈਣ ਦੇ ਜਿਹੜੇ ਰਸਤੇ ਵੀ 19 ਲੱਖ ਵਿਦੇਸ਼ੀ ਇਹਦੇ ਚ ਡਿਟੈਕਟ ਕੀਤੇ ਗਏ ਜੀ ਜਿਨ੍ਹਾਂ ਦੇ ਵਿੱਚ 12 ਲੱਖ ਹਿੰਦੂ ਹੈ ਓਕੇ ਉਹਦੇ ਚ ਫਿਰ ਇਹ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਹੈ ਮੋਦੀ ਸਰਕਾਰ ਜਾਨੀ ਉਹਨੂੰ ਲੈ ਕੇ ਆਈ ਲੈ ਕੇ ਆਈ ਇਹਦੇ ਚ ਇਹ ਪ੍ਰਵਧਾਨ ਕਰ ਦਿੱਤਾ ਗਿਆ ਕਿ ਬੰਗਲਾਦੇਸ਼ ਚੋਂ ਪਾਕਿਸਤਾਨ ਚੋਂ ਅਫਗਾਨਿਸਤਾਨ ਚੋਂ Hindu, Isai, Sikh ਇਹ ਜਿਹੜੇ ਪਰਸੀ ਇਹ ਜਿਹੜੇ ਆਂਦੇ ਨੇ ਇਹਨਾਂ ਨੂੰ ਤਾਂ ਅਸੀਂ ਭਾਰਤ ਦੀ ਨਾਗਰਿਕਤਾ ਪ੍ਰਦਾਨ ਕਰਾਂਗੇ। ਜੀ ਪਰ ਜਿਹੜੇ ਮੁਸਲਮਾਨ ਆਉਂਦੇ ਨੇ ਜੀ ਉਹਨਾਂ ਨੂੰ ਭਾਰਤ ਦੀ ਨਾਗਰਿਕਤਾ ਨਹੀਂ ਪ੍ਰਦਾਨ ਕਰਾਂਗੇ। ਜੀ ਦਲੀਲ ਇਹ ਦਿੱਤੀ ਗਈ ਕਿ ਜਿਹੜੇ ਇਹ ਇਹਨਾਂ ਕਮਿਊਨਿਟੀਆਂ ਚੋਂ ਲੋਕ ਆਉਂਦੇ ਨੇ ਉਹ ਪੀੜਤ ਆਉਂਦੇ ਨੇ ਮੁਸਲਮਾਨ ਉਥੋਂ ਪੀੜਤ ਨਹੀਂ ਆਉਂਦੇ ਉਹ ਤਾਂ ਵੈਸੇ ਇੱਥੇ ਯਾਨੀ ਚੰਗੀਆਂ ਨੌਕਰੀਆਂ ਵਾਸਤੇ ਹੋਰ ਚੰਗੇ ਭੁੱਖ ਦੀ ਭਾਲ ਦੇ ਵਿੱਚ ਇੱਥੇ ਆਉਂਦੇ ਨੇ ਜੀ ਹਾਲਾਂਕਿ ਜਦੋਂ ਅਸੀਂ ਲੋਕਾਂ ਨੂੰ ਮਿਲੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਇਹ ਆਪਣਾ ਆ ਦੇਵੀ ਦਾ ਤਿਉਹਾਰ ਮਨਾਉਂਦੇ ਨੇ ਬੰਗਾਲ ਦੇ ਵਿੱਚ ਬਹੁਤ ਜ਼ੋਰਾਂ ਨਾਲ ਮਨਾਇਆ ਜਾਂਦਾ ਹੈਗਾ ਜੀ ਪੂਜਾ ਦੁਰਗਾ ਪੂਜਾ ਉਹਨੂੰ ਕਹਿੰਦੇ ਨੇ ਬੰਗਲਾਦੇਸ਼ ਦੇ ਵਿੱਚ ਵੀ ਇਹ ਤਿਉਹਾਰ ਕਿਉਂਕਿ ਬੰਗਾਲੀ ਬਹੁਤ ਨੇ ਉੱਥੇ ਇਹ ਤਿਉਹਾਰ ਬਹੁਤ ਜ਼ੋਰ ਸ਼ੋਰ ਨਾਲ ਮਨਾਇਆ ਜਾਂਦਾ ਹੈ ਜੀ ਤੇ ਇੱਕ ਨਿਊਜ਼ ਕਲਿੱਪਿੰਗ ਉਹਨਾਂ ਨੇ ਸਾਨੂੰ ਇਹ ਦਿਖਾਈ ਜਿਹਦੇ 'ਚ ਇਹ ਸੀਗਾ ਕਿ ਜਿੰਨੇ ਪੰਡਾਲ ਦੁਰਗਾ ਪੂਜਾ ਦੇ ਅਸਾਮ ਦੇ ਵਿੱਚ ਲੱਗੇ ਨੇ ਉਦੋਂ ਜ਼ਿਆਦਾ ਪੰਡਾਲ ਬੰਗਲਾਦੇਸ਼ ਦੇ ਵਿੱਚ ਲੱਗੇ ਨੇ ਤੇ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੇ ਹਰ ਇੱਕ ਪੰਡਾਲ ਨੂੰ 1-1 ਲੱਖ ਰੁਪਇਆ ਗ੍ਰਾਂਟ ਦਿੱਤੀ ਹੋਈ ਠੀਕ ਹੈ ਹੁਣ ਇਹਦਾ ਐ ਮਤਲਬ ਕਿਵੇਂ ਨਿਕਲੂਗਾ ਵੀ ਹਿੰਦੂਆਂ ਨੂੰ ਉਥੇ ਪਰਸੀਕਿਊਟ ਕੀਤਾ ਜਾ ਰਿਹਾ ਹੈ ਬਿਲਕੁਲ ਹਿੰਦੂਆਂ ਦੇ ਧਾਰਮਿਕ ਤਿਉਹਾਰ ਦੇ ਤਾਂ ਉਹ ਪੈਸੇ ਖਰਚ ਕਰ ਰਹੇ ਨੇ ਬਿਲਕੁਲ 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 ਠੀਕ ਹੈ ਪਰ ਜਿਹੜੇ ਹਿੰਦੂਆਂ ਵਾਸਤੇ ਉਹਨਾਂ ਨੇ ਕਹਿਤਾ ਕਿ ਇਹਨਾਂ ਨੂੰ ਅਸੀਂ ਨਾਗਰਿਕਤਾ ਦੇਵਾਂਗੇ ਜਿਹਦਾ ਮਤਲਬ ਇਹ ਹੋਇਆ ਕਿ ਜਿਹੜੇ 19 ਲੱਖ ਵਿਦੇਸ਼ੀ ਉਥੇ ਡਿਟੈਕਟ ਕੀਤੇ ਗਏ ਸੀਗੇ ਉਹਨਾਂ ਚੋਂ 12 ਲੱਖ ਹਿੰਦੂ ਸੀ ਉਹ 12 ਦੇ 12 ਲੱਖ ਉਥੇ ਜਜਬ ਕਰ ਲਏ ਗਏ ਜੀ ਯਾਨੀ ਉਹਦੀ ਤਿਆਰੀ ਸ਼ੁਰੂ ਹੋ ਗਈ ਜੀ ਹੁਣ ਅਸਾਮ ਦੇ ਵਿੱਚ ਜਿਹੜਾ ਵਿਰੋਧ ਉੱਠਿਆ ਨਾਰਥ-ਈਸਟ ਦੇ ਵਿੱਚ ਸਾਰੇ ਚ ਜਿਹੜਾ ਵਿਰੋਧ ਉੱਠਿਆ ਉਹ ਇਸ ਗੱਲ ਤੇ ਹੈਗਾ ਕਿ ਜਿਹੜੇ ਵਿਦੇਸ਼ੀ ਸੀ ਉਹਨਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਉਹ ਦੇਸ ਮੁਸਲਮਾਨ ਨੇ ਜਾਂ ਹਿੰਦੂ ਨੇ ਉਹਨਾਂ ਦਾ ਵੀ ਜਿਹੜੇ ਵਿਦੇਸ਼ੀ ਨੇ ਉਹਨਾਂ ਨੂੰ ਇਥੋਂ ਬਾਹਰ ਕੱਢਿਆ ਜਾਵੇ ਕੱਢਿਆ ਜਾਵੇ ਕਿ ਵਿਦੇਸ਼ੀ ਤਾਂ ਬਾਹਰ ਨਿਕਲੇ ਨਹੀਂ ਉਹ ਤਾਂ ਤੁਸੀਂ 19 ਲੱਖ ਚੋਂ 12 ਲੱਖ ਤਾਂ ਤੁਸੀਂ ਰੱਖ ਲਏ ਹਿੰਦੂ ਕਹਿ ਕੇ ਬਿਲਕੁਲ ਠੀਕ ਹੈ ਐਵੇਂ ਫਿਰ ਬਾਕੀ ਵੀ ਸੈੱਟ ਹੋ ਜਾਊਗਾ ਜਿਹਦਾ ਮਤਲਬ ਕੋਈ ਵਿਦੇਸ਼ੀ ਬਾਹਰ ਨਹੀਂ ਜਾਊਗਾ ਬਾਹਰ ਨਹੀਂ ਜਾਊਗਾ ਤਾਂ ਜਾਨੀ ਜਿਹੜੀ ਸਾਡੀ ਐਜੀਟੇਸ਼ਨ ਸੀਗੀ ਜਿਹੜੀ 10 ਸਾਲ ਅਸੀਂ ਚਲਾਈ ਉਸ ਐਜੀਟੇਸ਼ਨ ਦਾ ਰਿਜ਼ਲਟ ਤਾਂ ਜ਼ੀਰੋ ਹੋ ਗਿਆ ਜ਼ੀਰੋ ਹੋ ਗਿਆ ਬਿਲਕੁਲ ਇਸ ਕਰਕੇ ਉੱਥੋਂ ਦੇ ਲੋਕਾਂ ਦੇ ਵਿੱਚ ਗੁੱਸਾ ਹੈਗਾ ਕਬਾਇਲੀ ਲੋਕਾਂ ਨੂੰ ਉੱਥੋਂ ਦੇ ਨੂੰ ਇਹ ਲੱਗਦਾ ਹੈਗਾ ਕਿ ਜਿੱਥੇ ਕਬਾਈਲੀਆਂ ਵਾਸਤੇ ਐਕਸਕਲੂਸਿਵ ਏਰੀਆ ਹੈਗਾ ਜਿੱਥੇ ਹੋਰ ਕੋਈ ਆ ਕੇ ਵਸ ਨਹੀਂ ਸਕਦਾ ਜ਼ਮੀਨ ਨਹੀਂ ਖਰੀਦ ਨਹੀਂ ਖਰੀਦ ਸਕਦਾ ਉੱਥੇ ਹੁਣ ਸਾਰੇ ਇਹਦੇ ਸਾਰੇ ਬਾਹਰ ਲਿਆ ਕੇ ਜਿਹਨੇ ਆਪਦੀਆਂ ਜ਼ਮੀਨਾਂ ਖਰੀਦਣਗੇ ਵਸਣਗੇ ਬਿਲਕੁਲ ਬਿਲਕੁਲ ਇਹ ਕਰਤਾ ਹੁਣ ਜਿਹੜਾ ਅਗਲਾ ਜਿਹੜਾ ਬਿੱਲ ਹੈ ਜਿਹੜਾ ਸਿਟੀਜ਼ਨ ਬਿੱਲ ਹੈ ਜਿਹੜਾ ਐਮੈਂਡਮੈਂਟ ਜਿਹਦੇ ਵਿੱਚ ਕੀਤੀ ਗਈ ਆ ਉਹਦੇ ਵਿੱਚ ਕੀ ਕੀ ਇਹਨਾਂ ਨੇ ਚੇਂਜਸ ਕਿਸ ਤਰ੍ਹਾਂ ਦੇ ਚੇਂਜਸ ਕੀਤੇ ਨੇ ਕੀ ਬਦਲਾਅ ਲੈ ਕੇ ਆਏ ਨੇ ਤੇ ਉਹਦਾ ਜਿਹੜਾ ਅਸਰ ਹੈ ਉਹ ਕਿੰਨਾ ਲੋਕਾਂ ਤੇ ਹੋਵੇਗਾ ਦੇਖੋ ਜਦੋਂ ਇਹਦੇ ਤੇ ਡਿਬੇਟ ਚੱਲੀ ਅਖਬਾਰਾਂ ਦੇ ਵਿੱਚ ਵੀ ਵਿਚਾਰ ਚਰਚਾ ਹੋਈ ਤਾਂ ਆ ਜਿਹੜਾ ਮੁਸਲਮਾਨਾਂ ਨੂੰ ਐਕਸਕਲੂਡ ਕਰਨ ਵਾਲਾ ਪੱਖ ਸੀਗਾ ਇਹ ਜਿਆਦਾ ਭਰੂ ਰਿਹਾ ਪੇਸ਼ ਕੀਤਾ ਗਿਆ ਇਹੀ ਪੇਸ਼ ਕੀਤਾ ਗਿਆ ਜੇ ਆਪਾਂ ਚਾਹੇ ਆਪਾਂ ਟੀਵੀ ਚੈਨਲਾਂ ਦੀ ਗੱਲ ਕਰੀਏ ਚਾਹੇ ਡਿਬੇਟ ਦਾ ਹਿੱਸਾ ਜਿਹੜਾ ਇਹੀ ਪੱਖ ਰਿਹਾ ਹੈ ਇਹੀ ਪੱਖ ਰਿਹਾ ਪਰ ਅਸਲ ਦੇ ਵਿੱਚ ਮੋਦੀ ਸਰਕਾਰ ਆਪਦੀ ਸ਼ਰਾਰਤ ਇਹਦੇ ਵਿੱਚ ਕਰ ਗਈ ਜੀ ਉਹ ਉਹਨਾਂ ਨੇ ਇਹ ਕੀਤਾ ਕਿ ਇਹਦਾ ਪੁਰਾਣੇ ਐਕਟ ਦਾ ਸੈਕਸ਼ਨ 7 ਹੈ ਜੀ ਜੀ ਦੇਖ ਵੀ ਰਹੇ ਆ ਇਹ ਹੈਗਾ ਜੀ ਇਹ ਪੁਰਾਣੇ ਐਕਟ ਦਾ ਸੈਕਸ਼ਨ 7 ਹੈ ਜੀ ਜਿਹਦੇ ਵਿੱਚ ਇਹ ਪ੍ਰੋਵੀਜ਼ਨ ਕੀਤਾ ਗਿਆ ਹੈ ਕਿ ਭਾਰਤ ਦਾ ਸ਼ਹਿਰੀ ਜਿਹੜਾ ਵਿਦੇਸ਼ ਦੇ ਵਿੱਚ ਵੱਸਦਾ ਹੈ ਜੀ ਉਹ ਜੇ ਉਹ ਨੂੰ ਭਾਰਤ ਦੇ ਵਿੱਚ ਕਿਸੇ ਕੇਸ ਚ 2 ਸਾਲ ਤੋਂ ਵੱਧ ਦੀ ਸਜ਼ਾ ਹੋ ਜਾਂਦੀ ਹੈ ਠੀਕ ਹੈ ਤਾਂ ਭਾਰਤ ਦੀ ਸਰਕਾਰ ਨੂੰ ਇਹ ਹੱਕ ਹੈ ਕਿ ਉਹ ਦੀ ਨਾਗਰਿਕਤਾ ਨੂੰ ਰੱਦ ਕਰ ਦੇਵੇ ਜੀ ਅਗਰ ਉਹ ਪ੍ਰਿਜ਼ਨਮੈਂਟ ਹੁੰਦਾ 2 ਸਾਲ ਦੀ ਸਜ਼ਾ ਹੋ ਜਾ ਸਜ਼ਾ ਹੋ ਜਾਏ ਉਹਨੂੰ ਜੀ ਯਾਨੀ ਕਨਵਿਕਟ ਹੋ ਜਾਏ ਕਨਵਿਕਟ ਹੋ ਕੇ ਉਹਨੂੰ 2 ਸਾਲ ਦੀ ਕੈਦ ਹੋ ਜਾਏ ਕੈਦ ਹੋ ਜਾਏ 2 ਸਾਲ ਜਾਂ 2 ਸਾਲ ਤੋਂ ਵੱਧ ਸਮੇਂ ਦੀ ਠੀਕ ਹੈ ਜੀ ਇਸ ਕਾਨੂੰਨ ਦੇ ਵਿੱਚ ਉਹਨਾਂ ਨੇ ਇੱਕ 7 ਡੀ ਮਤਲਬ ਉਹਦੇ ਵਿੱਚ ਸੋਧ ਕੀਤੀ ਜੀ ਸੋਧ ਕਰਕੇ ਇਹ ਧਾਰਾ ਮਤਲਬ ਉਹਨੂੰ ਇਸ ਤਰ੍ਹਾਂ ਬਣਾਤਾ ਕਿ ਜੇ ਉਹ ਭਾਰਤ ਦੇ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਜੀ ਜਿਸ ਦਾ ਮਤਲਬ ਹੈ ਵੀ ਜੇ ਉਹ ਦੇ ਖਿਲਾਫ ਐਫ ਆਈ ਆਰ ਵੀ ਦਰਜ ਹੋ ਜਾਂਦੀ ਹੈ ਜੀ ਸਜ਼ਾ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ ਵੀ ਜੇ ਐਫ ਆਈ ਆਰ ਵੀ ਦਰਜ ਹੋ ਜਾਂਦੀ ਹੈ ਤਾਂ ਭਾਰਤ ਦੀ ਸਰਕਾਰ ਉਹਦੀ ਨਾਗਰਿਕਤਾ ਨੂੰ ਰੱਦ ਕਰ ਸਕਦੀ ਹੈ ਇਹ ਕਿਨਾਂ ਵਾਸਤੇ ਹੋਏਗਾ ਜੀ ਜਿਹੜੇ ਬੰਦੇ ਜਿਸ ਤਰ੍ਹਾਂ ਆਪਾਂ ਗੱਲ ਕਹਿ ਲਈਏ ਕਿ ਕੁਝ ਜਿਹੜੇ ਭਾਰਤ ਤੋਂ ਜਿਹੜੇ ਮੂਲ ਨਿਵਾਸੀ ਬਾਹਰ ਵਸੇ ਹੋਏ ਨੇ ਜਿਨ੍ਹਾਂ ਨੇ ਉੱਥੋਂ ਦੀ ਪਰਮਾਨੈਂਟ ਰੈਜ਼ਿਡੈਂਸੀ ਲਈ ਹੈ ਜਾਂ ਜਿਹੜੇ ਉੱਥੋਂ ਦੇ ਸਿਟੀਜ਼ਨ ਨੇ ਜਿਨ੍ਹਾਂ ਕੋਲੇ ਦੋਰੀ ਨਾਗਰਿਕਤਾ ਹੈ ਜਿਹੜੇ ਮਤਲਬ ਸਿਟੀਜ਼ਨ ਨੇ ਉੱਥੋਂ ਦੇ ਜੀ ਜਿਨ੍ਹਾਂ ਨੇ ਉੱਥੋਂ ਦੀ ਨਾਗਰਿਕਤਾ ਲੈ ਲਈ ਜੀ ਤੇ ਭਾਰਤ ਦੀ ਨਾਗਰਿਕਤਾ ਛੱਡਤੀ ਜੀ ਜੀ ਉਹਨਾਂ ਤੇ ਇਹ ਕਾਨੂੰਨ ਨਹੀਂ ਲੱਗੂ ਹੋਣਾ ਜੀ ਪਰ ਜਿਹੜੇ ਪੀਆਰ ਤੇ ਬੈਠੇ ਨੇ ਪਰਮਾਨੈਂਟ ਰੈਜ਼ੀਡੈਂਟ ਨੇ ਉੱਥੇ ਜੀ ਅਜੇ ਉੱਥੋਂ ਦੇ ਨਾਗਰਿਕ ਨਹੀਂ ਬਣੇ ਜੀ ਉਹਨਾਂ ਕੋਲੇ ਭਾਰਤ ਦੇ ਨਾਗਰਿਕ ਹੋਣ ਦਾ ਕਾਰਡ ਹੈਗਾ ਜੀ ਉਹਨਾਂ ਤੇ ਲਾਗੂ ਹੋਊਗੀ ਤੇ ਮੋਸਟਲੀ ਆਬਾਦੀ ਉਹਨਾਂ ਦੀ ਹੈ ਬਿਲਕੁਲ 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 ਠੀਕ ਹੈ ਉਹ ਜੇ ਭਾਰਤ ਦੇ ਵਿੱਚ ਉਹਨਾਂ ਤੇ ਕੋਈ ਐਫ ਆਈ ਆਰ ਦਰਜ ਹੋ ਜੇ ਜਾਣੇ ਐਫ ਆਈ ਆਰ ਦਰਜ ਹੋਣ ਸਾਰ ਸਰਕਾਰ ਨੂੰ ਇਹ ਹੱਕ ਮਿਲ ਜਾਂਦਾ ਹੈਗਾ ਕੇਂਦਰ ਦੀ ਸਰਕਾਰ ਨੂੰ ਇਹਦੀ ਕੋਈ ਪ੍ਰੋਵੀਜ਼ਨ ਇਹਦੇ ਵਿੱਚ ਰੱਖੀ ਕਿ ਕਿਸ ਤਰ੍ਹਾਂ ਦੇ ਕਰਾਇਮ ਦੇ ਪ੍ਰਤੀ ਉਹਨਾਂ ਦੇ ਐਫ ਆਈ ਆਰ ਦਰਜ ਹੁੰਦੀ ਆ ਜਾਂ ਕਿਸ ਤਰ੍ਹਾਂ ਦੀ ਉਲੰਘਣਾ ਜਿਹੜੀ ਉਹ ਕਰਦੇ ਆ ਤਾਂ ਫਿਰ ਇਹ ਜਿਹੜਾ ਕਾਨੂੰਨ ਉਹਨਾਂ ਤੇ ਲਾਗੂ ਹੋਏਗਾ ਹਾਂ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਭਾਰਤ ਦੀ ਸਰਕਾਰ ਕੋਈ ਵੀ ਕਾਨੂੰਨ ਭਾਰਤ ਦੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਨਾ ਕਿ ਉਹ ਕਿਹੜੇ-ਕਿਹੜੇ ਕਾਨੂੰਨ ਇਹਦੇ ਵਿੱਚ ਸ਼ਾਮਲ ਕਰਨਾ ਚਾਹੁੰਦੀ ਹੈ ਜੀ ਇਹ ਭਾਰਤ ਦੀ ਸਰਕਾਰ ਦੀ ਮਰਜ਼ੀ ਹੈ ਉਹ ਕੋਈ ਵੀ ਕਾਨੂੰਨ ਜਾਨੀ ਉਹਤੇ ਲਾਗੂ ਕਰ ਸਕਦੀ ਹੈ ਮਤਲਬ ਇੱਕ ਸਿੰਪਲੀ ਜੇ ਆਪਾਂ ਗੱਲ ਕਰੀਏ ਅਗਲਾ ਵੀਹਕਲ ਐਕਟ ਦੇ ਅਧੀਨ ਵੀ ਉਹਦੇ ਤੇ ਕੋਈ ਪਰਚਾ ਦਰਜ ਹੁੰਦਾ ਹੈ ਹੋ ਸਕਦਾ ਉਸ ਅਧੀਨ ਵੀ ਇਹ ਕੀਤਾ ਜਾ ਸਕਦਾ ਜਾਨੀ ਭਾਰਤ ਦੀ ਸਰਕਾਰ ਜੇ ਟ੍ਰੈਫਿਕ ਦੇ ਕਾਨੂੰਨਾਂ ਨੂੰ ਇਹਦੇ ਵਿੱਚ ਲੈ ਆਉਂਦੀ ਹੈ ਜਾਂ ਕਿਸੇ ਵੀ ਹੋਰ ਕਾਨੂੰਨ ਨੂੰ ਇਹਦੇ ਵਿੱਚ ਲੈ ਆਉਂਦੀ ਹੈ ਤਾਂ ਮਤਲਬ ਉਹ ਉਸ ਕਾਨੂੰਨ ਦੇ ਤਹਿਤ ਜਦੋਂ ਪਰਚਾ ਦਰਜ ਹੋ ਜਾਊਗਾ ਤਾਂ ਉਹਦੀ ਨਾਗਰਿਕਤਾ ਰੱਦ ਕਰਨ ਦਾ ਅਧਿਕਾਰ ਹੈ ਬੜਾ ਵੱਡਾ ਜਿਹੜਾ ਆਪਾਂ ਇਸ਼ੂ ਕਹਿ ਸਕਦੇ ਹਾਂ ਜਿਹੜਾ ਤੁਸੀਂ ਅੱਜ ਸਾਹਮਣੇ ਲੈ ਕੇ ਆਏ ਹੋ ਕਿ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਆਪਣੇ ਆਪ ਨੂੰ ਇਹ ਕਹਿ ਕੇ ਸੈੱਟ ਹੋਏ ਨੇ ਕਿ ਅਸੀਂ ਆਪਣੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਉੱਥੇ ਗਏ ਆ ਉਹਨਾਂ ਦੀ ਜਿਹੜੀ ਨਾਗਰਿਕਤਾ ਤੇ ਵੀ ਬਹੁਤ ਵੱਡਾ ਜਿਹੜਾ ਡਾਕਾ ਪੈਣ ਜਾ ਰਿਹਾ ਹੈ ਤੇ ਇਹਦੇ ਇਹਦੇ ਇਵਜ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੈ ਪ੍ਰੋਵੀਜ਼ਨ ਹੈ ਕੋਈ ਜੋ ਇੱਕ ਬਿੱਲ ਪੇਸ਼ ਹੋਇਆ ਹੈ ਕਿ ਉਹ ਆਪ ਦੇ ਆਪ ਨੂੰ ਇਸ ਚੀਜ਼ ਦਾ ਬਚਾ ਕਿਸ ਤਰ੍ਹਾਂ ਕਿਸ ਤਰ੍ਹਾਂ ਰੱਖ ਕਰ ਸਕਦੇ ਕਿਸ ਤਰ੍ਹਾਂ ਆਪਣੇ ਬਸ ਇਹਦੇ ਚ ਇੱਕੋ ਇੱਕ ਬਚਾਉ ਦਾ ਰਾਹ ਉਹਨਾਂ ਨੇ ਰੱਖਿਆ ਹੈਗਾ ਉਹ ਇਹ ਹੈ ਕਿ ਤੁਸੀਂ ਇਹ ਇਹ ਕਦਮ ਚੁੱਕਣ ਤੋਂ ਪਹਿਲਾਂ ਤੁਹਾਨੂੰ ਇੱਕ ਨੋਟਿਸ ਦਿੱਤਾ ਜਾਊਗਾ ਜੀ ਨੋਟਿਸ ਦੇ ਵਿੱਚ ਜੇ ਤੁਸੀਂ ਉਹਨਾਂ ਨੂੰ ਸੈਟੀਸਫਾਈ ਕਰ ਦਿੰਨੇ ਹੋ ਤਾਂ ਜਾਨੀ ਤੁਹਾਡੇ ਖਿਲਾਫ ਇਹ ਕਦਮ ਨਹੀਂ ਚੁੱਕਿਆ ਜਾਊਗਾ ਪਰ ਅਸਲ ਦੇ ਵਿੱਚ ਜੇ ਆਪਾਂ ਥੋੜਾ ਜਾਇ ਇਹਨੂੰ ਹੋਰ ਗੰਭੀਰਤਾ ਨਾਲ ਸਮਝਣ ਦੀ ਕੋਸ਼ਿਸ਼ ਕਰੀਏ ਜੀ ਤਾਂ ਇਹ ਦੇਖਣਾ ਆਪਣੇ ਲਈ ਜ਼ਰੂਰੀ ਬਣ ਜਾਂਦਾ ਹੈ ਵੀ ਇਹ ਕਦਮ ਕਾਨੂੰਨ ਦੇ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਬਿਲਕੁਲ ਸਭ ਤੋਂ ਵੱਡਾ ਸਵਾਲ ਜਨ ਜੇ ਅਸੀਂ ਪਿਛਲੇ ਸਮੇਂ 'ਚ ਜਦੋਂ ਦੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਨੇ ਜੀ ਇਹ ਦੇਖੀਏ ਤਾਂ ਇੱਕ ਵਰਤਾਰਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਕਿ ਬਹੁਤ ਸਾਰੇ ਐਨਆਰਆਈ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ ਜੀ ਭਾਰਤ ਦੀਆਂ ਸਮੱਸਿਆਵਾਂ ਦੇ ਸਬੰਧ ਚ ਉਹ ਬਹੁਤ ਖੁੱਲ ਕੇ ਬੋਲਦੇ ਨੇ ਚਿੰਤਤ ਵੀ ਨਹੀਂ ਚਿੰਤਤ ਵੀ ਨੇ ਤੇ ਖੁੱਲ ਕੇ ਬੋਲਦੇ ਨੇ ਬਿਲਕੁਲ ਮੋਦੀ ਸਾਹਿਬ ਜਦੋਂ ਉੱਥੇ ਜਾ ਕੇ ਵੱਡੇ ਵੱਡੇ ਨਾਚ ਦੇ ਪ੍ਰੋਗਰਾਮ ਤੇ ਹੋਰ ਸਾਰਾ ਉਹ ਕਰਦੇ ਨੇ ਅਟੈਂਡ ਕਰਦੇ ਉੱਥੇ ਉਹਨਾਂ ਨੂੰ ਉਹਨਾਂ ਦਾ ਵਿਰੋਧ ਵੀ ਕਰਦੇ ਨੇ ਉਹ ਜੀ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਹੁੰਦੀਆਂ ਪਿਛਲੇ 2 ਸਾਲ 2 ਚੋਣਾਂ ਦੇ ਵਿੱਚ ਐਨ ਆਰ ਆਈਜ਼ ਨੇ ਬਹੁਤ ਵੱਡੀ ਪੱਧਰ ਤੇ ਆ ਕੇ ਇੱਥੇ ਪ੍ਰਚਾਰ ਕੀਤਾ ਬਿਲਕੁਲ ਅੱਡ ਅੱਡ ਪਾਰਟੀਆਂ ਨੂੰ ਉਹਨਾਂ ਨੇ ਫੰਡ ਦਿੱਤੇ ਜੀ ਠੀਕ ਹੈ ਜਿਵੇਂ ਇੱਕ ਤਰ੍ਹਾਂ ਨਾਲ ਉਹ ਚੋਣਾਂ ਦੇ ਮਾਹੌਲ 'ਚ ਇੰਟਰਵੈਂਸ਼ਨ ਆਪਣੀ ਦਰਜ ਕਰਵਾਉਂਦੇ ਨੇ ਬਿਲਕੁਲ ਬਿਲਕੁਲ ਹੁਣ ਇਹ ਕਈ ਵਾਰੀ ਕੇਂਦਰ ਦੀ ਸਰਕਾਰ ਨੂੰ ਮਾੜੀ ਲੱਗ ਸਕਦੀ ਹੈ ਕੇਂਦਰ ਦੀ ਸਰਕਾਰ ਦੇ ਉਲਟ ਭੁਗਦੀ ਹੈ ਜਦੋਂ ਮਾੜੀ ਲੱਗਦੀ ਹੈ ਜੀ ਇਸੇ ਤਰ੍ਹਾਂ ਇਹੋ ਜਿਹਾ ਵੀ ਵਾਪਰਿਆ ਕਿ ਜਦੋਂ ਭਾਰਤ ਦੇ ਜਿਹੜੇ ਮੰਤਰੀ ਨੇ ਉੱਥੇ ਗਏ ਤਾਂ ਲੋਕਾਂ ਨੇ ਉਹਨਾਂ ਦੇ ਖਿਲਾਫ ਮਜਾਰੇ ਕੀਤੇ ਵਿਰੋਧ ਕੀਤਾ ਉਹਨਾਂ ਦਾ ਵਿਰੋਧ ਕੀਤਾ ਜੀ ਮਤਲਬ ਇਹਨਾਂ ਸਾਰੀਆਂ ਗੱਲਾਂ ਨੂੰ ਦਬਾਉਣ ਵਾਸਤੇ ਜਾਂ ਐਂ ਕਹਿ ਲਓ ਕਿ ਲੋਕਾਂ ਦੀ ਜ਼ੁबानਬੰਦੀ ਕਰਨ ਵਾਸਤੇ ਜੀ ਐਨ ਆਰ ਆਈ ਲੋਕਾਂ ਦੀ ਜ਼ੁबानਬੰਦੀ ਕਰਨ ਵਾਸਤੇ ਤਾਂ ਕਿ ਉਹ ਭਾਰਤ ਦੇ ਵਿੱਚ ਆ ਕੇ ਜਾਂ ਭਾਰਤ ਤੋਂ ਬਾਹਰ ਵੀ ਸਿਰਫ ਜਿਹੜੀ ਸਮੇਂ ਦੀ ਸਰਕਾਰ ਹੈ ਉਹਦਾ ਗੁਣ ਗਾਣ ਕਰਨ ਬਿਲਕੁਲ ਉਹਦਾ ਕੋਈ ਵਿਰੋਧ ਨਾ ਕਰਨ ਜੀ ਇਸ ਵਜ੍ਹਾ ਕਰਕੇ ਜਾਨੀ ਇਹ ਜਿਹੜਾ ਹੈਗਾ ਇਸ ਕਾਨੂੰਨ ਦੇ ਵਿੱਚ ਇਹ ਮਦਦ ਸ਼ਾਮਲ ਕੀਤੀ ਗਈ ਹੈ ਇਹਦੇ ਵਿੱਚ ਹੋਰ ਕਿਹੜੇ-ਕਿਹੜੇ ਜਿਹੜੇ ਜਿਸ ਤਰ੍ਹਾਂ ਤੁਸੀਂ ਇੰਪੋਰਟੈਂਟ ਜਿਹੜਾ ਹੈਗਾ ਇਹ ਇਸ਼ੂ ਕੱਢ ਕੇ ਸਾਹਮਣੇ ਲੈਂਦਾ ਹੈ ਕਿ ਜਿਹੜਾ ਬਿੱਲ ਦੇ ਵਿੱਚ ਜਿਹੜਾ ਐਨ ਆਰ ਆਈ ਲੋਕਾਂ ਤੇ ਜਿਹੜਾ ਫੈਕਟ ਪੈ ਰਿਹਾ ਇਹਦਾ ਹਾਂਜੀ ਤੇ ਹੋਰ ਇਸ 'ਚ ਜਿਹੜਾ ਇਸ ਕਾਨੂੰਨ ਦੇ ਤਹਿਤ ਹੋਰ ਕਿਹੜੇ ਲੋਕ ਨੇ ਜਿਹੜੇ ਕਿ ਇਸ ਸਿਟੀਜ਼ਨ ਐਮੈਂਡਮੈਂਟ ਬਿੱਲ ਦੇ ਨਾਲ ਜਿਹੜੇ ਪ੍ਰਭਾਵਿਤ ਹੋਣਗੇ ਜਾਨੀ ਮੈਂ ਜੋ ਸਮਝਦਾ ਜਾਂ ਜੋ ਸਥਿਤੀ ਦਾ ਅੰਦਾਜ਼ਾ ਮੈਂ ਲਗਾ ਸਕਦਾ ਹਾਂ ਜੀ ਉਹ ਐ ਵੀ ਇਹੋ ਜਿਹੇ ਜਿਹੜੇ ਕਦਮ ਨੇ ਉਹ ਚੇਨ ਰਿਐਕਸ਼ਨ ਵੀ ਪੈਦਾ ਕਰਦੇ ਨੇ ਜੀ ਕਿਉਂਕਿ ਅਮਰੀਕਾ ਚ ਘਟੋੜ ਦੋ ਸਟੈਪ ਜਿਹੜੇ ਅਮਰੀਕਾ ਨੇ ਚੱਕੇ ਇੱਕ ਤਾਂ ਉਹਨਾਂ ਦਾ ਜਿਹੜਾ ਧਾਰਮਿਕ ਲੋਕਾਂ ਬਾਰੇ ਕਮਿਸ਼ਨ ਹੈਗਾ ਜੀ ਉਹਨੇ ਕਿਹਾ ਕਿ ਸ਼ਾ ਨੂੰ ਅਸੀਂ ਇੱਥੇ ਵੜਨੇ ਨਹੀਂ ਦੇਵਾਂਗੇ ਜੀ ਸ਼ਾ ਤੇ ਪਾਬੰਦੀ ਲਾਵਾਂਗੇ ਜਿਵੇਂ ਇੱਕ ਤਰ੍ਹਾਂ ਨਾਲ ਉਹਨਾਂ ਨੇ ਰਿਟੈਲੀਏਟ ਕੀਤਾ ਜੀ ਮੁਸਲਮ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆ ਸਕਦੀਆਂ ਨੇ ਸਾਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ ਜੀ ਗਾਂ ਜਦੋਂ ਅਸੀਂ ਆਪਣੇ ਨਾਗਰਿਕ ਕਾਨੂੰਨ ਦੇ ਵਿੱਚ ਇਸ ਤਰ੍ਹਾਂ ਦੀਆਂ ਸੋਧਾਂ ਕਰ ਲਈਆਂ ਤਾਂ ਉਹ ਸਾਡੇ ਲੋਕਾਂ ਦੇ ਖਿਲਾਫ ਵੀ ਕੋਈ ਇਹੋ ਜਿਹਾ ਸਟੈਪ ਚੱਕ ਸਕਦੇ ਨੇ ਜਿਵੇਂ ਹੁਣ ਉਹਨਾਂ ਨੇ ਹੁਣ ਉਹਨਾਂ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਕਿ ਜਿਹੜੇ ਅਮਰੀਕਾ ਦੇ ਨਾਗਰਿਕ ਨੇ ਜਾਂ ਕੈਨੇਡਾ ਦੇ ਨਾਗਰਿਕ ਨੇ ਉਹ ਨਾਰਥ-ਈਸਟ 'ਚ ਨਾ ਜਾਣ ਜੀ ਰੋਕ ਦਿੱਤਾ ਗਿਆ ਉਹਨਾਂ ਨੂੰ ਬਿਲਕੁਲ ਇਸ ਤੋਂ ਪਹਿਲਾਂ ਇੱਕ ਐਡਵਾਈਜ਼ਰੀ ਇਹ ਜਾਰੀ ਕੀਤੀ ਗਈ ਸੀ ਜਦੋਂ ਬਲਾਤਕਾਰਾਂ ਦੀਆਂ ਬਹੁਤ ਸਾਰੀਆਂ ਖਬਰਾਂ ਆਉਣ ਲੱਗੀਆਂ ਉਦੋਂ ਇਹ ਵੀ ਅਮਰੀਕਾ ਦੀਆਂ ਔਰਤਾਂ ਭਾਰਤ ਚ ਨਾ ਜਾਣ ਤਾਂ ਤਾਂ ਮਤਲਬ ਇਹੋ ਜਿਹੀਆਂ ਜਿਹੜੀਆਂ ਐਡਵਾਈਜ਼ਰੀਜ਼ ਨੇ ਹੈਗੀਆਂ ਉਹ ਇੱਕ ਪਾਸੇ ਜਿੱਥੇ ਸਾਡੇ ਮੁਲਕ ਦੇ ਦਾ ਇਮੇਜ ਖਰਾਬ ਕਰਦੀਆਂ ਨੇ ਉੱਥੇ ਨਾਲ ਦੀ ਨਾਲ ਜੇ ਇਹ ਸਾਰਾ ਕੁਝ ਚੱਲਦਾ ਰਿਹਾ ਤਾਂ ਮਤਲਬ ਰਿਟੈਲੀ ਰਿਟੈਲੀਏਟਰੀ ਸਟੈਪ ਵੀ ਚੱਕੇ ਜਾਣਗੇ ਜੀ ਉਹ ਹਾਲਤਾ ਜਿਹੜੀ ਉਹ ਬਹੁਤ ਮਾੜੀ ਹੋਊਗੀ ਸਾਡੀ ਇੱਕ ਮੇਰੇ ਸਵਾਲ ਜਿਹੜਾ ਜ਼ਹਿਨ ਦੇ ਵਿੱਚ ਉੱਠ ਰਿਹਾ ਹੈ ਕਿ ਅਗਰ ਇਸ ਤਰ੍ਹਾਂ ਦੇ ਕਿਸੇ ਐਨਆਰਆਈ ਦੇ ਖਿਲਾਫ ਇਹ ਕਾਰਵਾਈ ਕਰਕੇ ਉਹਨੂੰ ਇਸ ਦੇਸ਼ ਦੀ ਨਾਗਰਿਕਤਾ ਤੋਂ ਖਤਮ ਕਰ ਦਿੱਤੀ ਜਾਂਦੀ ਹੈ ਹਟਾ ਦਿੱਤੀ ਜਾਂਦੀ ਹੈ ਤੇ ਜਿਹੜਾ ਉਹ ਐਨਆਰਆਈ ਵੀਰ ਅਗਰ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਬੈਠਾ ਅਮਰੀਕਾ ਦੇ ਵਿੱਚ ਬੈਠਾ ਆਸਟ੍ਰੇਲੀਆ ਦੇ ਵਿੱਚ ਬੈਠਾ ਉੱਥੋਂ ਦਾ ਵੀ ਉਹ ਸਿਟੀਜ਼ਨ ਨਹੀਂ ਹੋਏਗਾ ਤਾਂ ਉਹ ਮਤਲਬ ਇਸ ਦੁਨੀਆ ਦੇ ਵਿੱਚ ਉਹ ਅਲੱਗ-ਥਲੱਗ ਪੈ ਜਾਏਗਾ ਉਹ ਕਿੱਥੋਂ ਦਾ ਆ ਦੇ ਆਪ ਨੂੰ ਸਿਟੀਜ਼ਨ ਪੇਸ਼ ਕਰੇਗਾ ਮਤਲਬ ਇਸ ਤਰ੍ਹਾਂ ਦੇ ਸਟੇਟਲੈਸ ਸਿਟੀਜ਼ਨ ਜਿਨ੍ਹਾਂ ਦੀ ਕੋਈ ਸਟੇਟ ਨਹੀਂ ਬਿਲਕੁਲ ਜਦੋਂ ਅਸੀਂ ਆਪਣਾ ਜਿਹੜਾ ਐਨ ਆਰ ਸੀ ਵਾਲਾ ਕਦਮ ਅਸਾਮ ਦੇ ਵਿੱਚ ਚੁੱਕਿਆ ਅਸੀਂ 19 ਲੱਖ ਲੋਕਾਂ ਨੂੰ ਸਟੇਟਲੈਸ ਬਣਾਉਣ ਜਾ ਰਹੇ ਹਾਂ ਜੀ ਠੀਕ ਹੈ ਜੀ ਉਹਨਾਂ ਦਾ ਕੋਈ ਕਾਰਵਾਰ ਨਹੀਂ ਹੋਊਗਾ ਕੋਈ ਸਟੇਟ ਨਹੀਂ ਹੋਊਗੀ ਜੀ ਉਹਨਾਂ ਦਾ ਕੋਈ ਪੋਲੀਟੀਕਲ ਰਾਈਟ ਨਹੀਂ ਹੋਊਗਾ ਕਿਤੇ ਉਹ ਵੋਟ ਨਹੀਂ ਪਾ ਸਕਦੇ ਕੋਈ ਆਪਦੀ ਸਰਕਾਰ ਨਹੀਂ ਚੁਣ ਸਕਦੇ ਜੀ ਤਾਂ ਜਣੀ ਇਹ ਮਨੁੱਖੀ ਅਧਿਕਾਰਾਂ ਤੇ ਬਹੁਤ ਵੱਡਾ ਹਮਲਾ ਹੈ 19 ਲੱਖ ਬੰਦੇ ਜੇ ਸਟੇਟਲੈਸ ਹੋ ਜਾਣਗੇ ਜਣੀ ਇਹ ਬਹੁਤ ਵੱਡੀ ਗਿਣਤੀ ਹੈ ਰਿਫਿਊਜੀਆ ਦੀ ਇੱਕ ਤਰ੍ਹਾਂ ਨਾਲ ਇਹ ਗਿਣਤੀ ਹੈ ਬਿਲਕੁਲ 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 ਤੇ ਨਾਲ ਹਾਲਤ ਇਹ ਹੈ ਕਿ ਜਿਹੜੇ ਉਹ ਕਹਿੰਦੇ ਨੇ ਕਿ ਜਿੱਥੋਂ ਆਏ ਨੇ ਆਏ ਨੇ ਜਾਂ ਨਹੀਂ ਆਏ ਇਹ ਗੱਲ ਰੋਲੇ ਚ ਹੈ ਬੰਗਲਾਦੇਸ਼ ਉਹਦੇ ਨਾਲ ਪਹਿਲੀ ਗੱਲ ਤਾਂ ਸਾਡੀ ਕੋਈ ਡਿਪੋਰਟ ਕਰਨ ਬਾਰੇ ਸੰਧੀ ਨਹੀਂ ਹੈ ਜੀ ਦੂਜੀ ਗੱਲ ਉਹ ਮੰਨ ਹੀ ਨਹੀਂ ਰਹੇ ਵੀ ਸਾਡੇ ਬੰਦੇ ਆ ਜੀ ਜਿਹਦਾ ਮਤਲਬ ਇਹ ਆ ਵੀ ਇਹ ਸਟੇਟਲੈਸ ਹੋਣਗੇ ਉਹਗੇ ਸਟੇਟਲੈਸ ਹੋਣ ਕਰਕੇ ਜਣੀ ਜੋ ਉਹਨਾਂ ਦੇ ਦੁੱਖ ਤਕਲੀਫ ਆਉਣੇ ਨੇ ਕਿਤੇ ਸਕੂਲ ਚ ਨਹੀਂ ਦਾਖਲ ਹੋ ਸਕਦੇ ਪੜ੍ਹਾਈ ਨਹੀਂ ਆਪਣੇ ਬੱਚਿਆਂ ਦੀ ਕਰਵਾ ਸਕਦੇ ਨੌਕਰੀ ਨਹੀਂ ਕਿਤੇ ਲੈ ਸਕਦੇ ਜੀ ਤਾਂ ਜਣੀ ਉਹਨਾਂ ਦੀ ਜਿਹੜੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦੇ ਆਉਣ ਵਾਲਾ ਸਮਾਂ ਸਾਹਮਣੇ ਹੁੰਦਾ ਸੋ ਇਹ ਸੰਨ ਐਡਵੋਕੇਟ ਸ਼੍ਰੀ ਐਨ ਕੇਜੀਤ ਜਿਹੜੇ ਕੀ ਜ਼ਮੂਰੀਅਤ ਦੇ ਲਈ ਬਹੁਤ ਕੁਝ ਪਹਿਲਾਂ ਵੀ ਕਰ ਚੁੱਕੇ ਨੇ ਜ਼ਮੂਰੀ ਹੱਕਾਂ ਵਾਸਤੇ ਜਿਹੜੇ ਆਪਣੀ ਲੜਾਈ ਲਗਾਤਾਰ ਲੜਦੇ ਰਹਿੰਦੇ ਨੇ ਤੇ ਪਿਛਲੇ ਦਿਨੀ ਜੋ ਇਹਨਾਂ ਨੇ ਅਸਾਮ ਦੇ ਵਿੱਚ ਵਿਜ਼ਿਟ ਕੀਤੀ ਸੀਗੀ ਉਸ ਵਿਜ਼ਿਟ ਦੇ ਰਾਹੀਂ ਜੋ ਇਹਨਾਂ ਦੇ ਤਜਰਬੇ ਜੋ ਇਹਨਾਂ ਨੇ ਦੇਖਿਆ ਜੋ ਇਹਨਾਂ ਨੇ ਮਹਿਸੂਸ ਕੀਤਾ ਖਾਸ ਕਰਕੇ ਐਨਐਸਸੀ ਤੇ ਕੈਬ ਦੇ ਵਿੱਚ ਦੀ ਬਾਬਤ ਇਹਨਾਂ ਨੇ ਬੜੇ ਵਿਸਥਾਰਪੂਰਕ ਦੱਸਿਆ ਐਨਆਰਆਈਆਂ ਬਾਰੇ ਸਪੈਸ਼ਲ ਇਹਨਾਂ ਨੇ ਜੋ ਇੱਕ ਪ੍ਰੋਵੀਜ਼ਨ ਇਸ ਕਾਨੂੰਨ ਦੇ ਵਿੱਚ ਜੜੀ ਦਿੱਤੀ ਗਈ ਹੈ ਕਿ ਉਹਨਾਂ ਦੀ ਨਾਗਰਿਕਤਾ ਨੂੰ ਵੀ ਬਹੁਤ ਵੱਡਾ ਜਿਹੜਾ ਸੰਕਟ ਆ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਉਹਦੇ ਬਾਰੇ ਵਿਸਥਾਰ ਪੂਰਕ ਦੱਸਿਆ ਸੋ ਇਹ ਸਾਰੀਆਂ ਗੱਲਾਂ ਸਾਡੇ ਦਰਸ਼ਕਾਂ ਦੇ ਸਾਹਮਣੇ ਰੱਖੀਆਂ ਗਈਆਂ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਇਸ ਤਰ੍ਹਾਂ ਦੇ ਵਿਸ਼ੇ ਆ ਸੀ ਉਹਨਾਂ ਨੂੰ ਛੂੰਦੇ ਰਵਾਂਗੇ ਜਿਹੜੇ ਵਿਸ਼ੇ ਰਾਹੀਂ ਸਾਡੇ ਆਮ ਲੋਕਾਂ ਦੇ ਜੀਵਨ ਪ੍ਰਭਾਵਿਤ ਹੋ ਰਹੇ ਨੇ ਜਾਂ ਜਿਹੜੇ ਆਮ ਲੋਕਾਂ ਦੇ ਜਿਹੜੇ ਜੀਵਨ ਉੱਤੇ ਇੱਕ ਬਹੁਤ ਵੱਡੀ ਮਹੱਤਮਪੂਰਨ ਆਪਣੀ ਭੂਮਿਕਾ ਰੱਖਦੇ ਨੇ ਸੋ ਜੁੜੇ ਰਹੋ ਇੰਡੋਸ ਟੀਵੀ ਆਸਟ੍ਰੇਲੀਆ ਨਾਲ ਸ਼ੁਕਰੀਆ